ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਕਪਾਲ। ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਘਵ ਚੱਡਾ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ, ਤਾਂ ਪਹਿਲਾਂ ਸਾਹਨੇਵਾਲ ਅਤੇ ਦੁਰਾਹਾ ਅਤੇ ਹੁਣ ਖੰਨਾ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ। ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਾ ਅਤੇ ਹਰਦੀਪ ਸਿੰਘ ਮੁੰਡੀਆ ਜੀ ਮੌਜੂਦ ਨੇ। ਮੁੰਡੀਆ ਸਾਹਿਬ, ਕਿਵੇਂ ਦੇਖਦੇ ਹੋ ਲੋਕਾਂ 'ਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਰਾਘਵ ਚੱਡਾ ਜੀ ਪਹੁੰਚੇ ਨੇ? ਅੱਜ ਰਾਘਵ ਚੱਡਾ ਜੀ ਦਾ ਪਹਿਲਾਂ ਸਾਹਨੇਆ ਰੋਡ ਸ਼ੋਅ ਹੋਇਆ, ਫਿਰ ਦੁਰਾਹੇ ਹੋਇਆ, ਹੁਣ ਖੰਨੇ ਪਹੁੰਚੇ ਆ। ਹਜ਼ਾਰਾਂ ਦੀ ਕਨਾਚ ਲੋਕਾਂ ਨੇ, ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਅਤੇ ਹਜ਼ਾਰਾਂ ਦੀ ਕਨਾਚ ਲੋਕ ਪਹੁੰਚੇ ਰੋਡ ਸ਼ੋਅ 'ਚ। ਸਾਹਨੇਆ ਵੀ ਪੂਰਾ ਜੋਸ਼ ਸੀ, ਦੁਰਾਹੇ ਬਹੁਤ ਤਕੜਾ ਜੋਸ਼ ਸੀ, ਆਹ ਖੰਨੇ ਆਪਾਂ ਦੇਖ ਰਹੇ ਹਾਂ। ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਦੇ ਦਿੱਤੀਆਂ ਹੋਈਆਂ ਗਰੰਟੀਆਂ 'ਤੇ ਜਿਹੜਾ ਕੰਮ ਹੋਇਆ ਅਤੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਆ। ਅੱਜ ਰਾਘਵ ਚੱਡਾ ਜੀ ਆਏ ਆ ਰੋਡ ਸ਼ੋਅ ਦੇ ਵਿੱਚ, ਅਤੇ ਜਿਹੜਾ ਵਰਕਰ ਆ, ਵੋਟਰ ਆ, ਸਾਰੇ ਘਰਾਂ 'ਚੋਂ ਬਾਹਰ ਨਿਕਲ ਕੇ, ਦੁਕਾਨਾਂ 'ਚੋਂ ਬਾਹਰ ਨਿਕਲ ਕੇ ਅਤੇ ਰੋਡ ਸ਼ੋਅ 'ਚ ਸ਼ਾਮਿਲ ਹੋਏ ਆ, ਅਤੇ ਬਹੁਤ ਆਮ ਆਦਮੀ ਪਾਰਟੀ ਦੇ ਵਿਸ਼ਵਾਸ। ਚੱਡਾ ਦੀ ਐਂਟਰੀ ਨੂੰ ਲੈ ਕੇ ਵਿਰੋਧੀ ਬਹੁਤ ਸਵਾਲ ਚੁੱਕ ਰਹੇ ਸਨ, ਕਹਿੰਦੇ ਰਾਘਵ ਚੱਡਾ ਗਾਇਬ ਨਜ਼ਰ ਆ ਰਹੇ ਨੇ 22 ਤੋਂ ਬਾਅਦ। ਨਹੀਂ ਨਹੀਂ, ਰਾਘਵ ਚੱਡਾ ਜੀ ਇੱਥੇ ਰਹੇ ਆ, ਰਾਜ ਸਭਾ ਮੈਂਬਰ ਰਹੇ ਆ, ਦਿੱਲੀ ਦੇ ਵਿੱਚ ਪੰਜਾਬ ਦੇ ਮੁੱਦੇ ਚੱਕਦੇ ਰਹੇ, ਜਦੋਂ ਵੀ ਬੋਲੇ ਆ, ਹੋਰ ਤਾਂ ਕਿਸੇ ਨੇ ਮੁੱਦੇ ਚੱਕੇ ਨਹੀਂ। ਅਤੇ ਰਾਘਵ ਚੱਡਾ ਜੀ ਦਿੱਲੀ 'ਚ ਲੋਕ ਸਭਾ ਦੇ ਵਿੱਚ ਆਪਣੇ ਮੁੱਦੇ ਚੱਕੇ, ਉਹਨਾਂ ਨੇ ਪੰਜਾਬ ਦੇ ਬਹੁਤ, ਹੁਣ ਵੀ ਥੋੜ੍ਹਾ ਪ੍ਰੋਬਲਮ ਕਰਕੇ ਅੱਖਾਂ ਦੀ ਪ੍ਰੋਬਲਮ ਸੀ, ਬਾਹਰ ਗਏ ਸੀ ਇਲਾਜ ਕਰਾਉਣ, ਅਤੇ ਜਿਸ ਦਿਨ ਦੇ ਆਏ ਆ ਪਹਿਲਾਂ ਦਿੱਲੀ ਲੱਗੇ ਰਹੇ, ਹੁਣ ਪੰਜਾਬ 'ਚ ਲੱਗੇ ਰੋਡ ਸ਼ੋਅ ਕਰਨ। ਪਹਿਲਾਂ ਰੋਡ ਸ਼ੋਅ ਤੁਹਾਡੇ ਹਲਕੇ ਦੇ ਵਿੱਚ ਕੱਢਿਆ ਗਿਆ, ਉੱਥੇ ਲੋਕਾਂ ਦਾ ਕਿਸ ਤਰ੍ਹਾਂ ਪਿਆਰ ਦੇਖਣ ਨੂੰ ਮਿਲਿਆ? ਬਹੁਤ ਵੱਡਾ ਪਿਆਰ ਮਿਲਿਆ ਜੀ, ਪਿੰਡਾਂ ਦੇ ਵਿੱਚੋਂ ਬੱਸਾਂ ਭਰ ਭਰ ਲੋਕ ਆਪ ਹਾਰੇ ਪਹੁੰਚੇ, ਅਤੇ ਸ਼ਹਿਰ ਦੇ ਵਿੱਚ ਜਦੋਂ ਪਹੁੰਚੇ ਲੋਕ ਗਲੀਆਂ 'ਚੋਂ ਘਰਾਂ 'ਚੋਂ ਆਪ ਨਿਕਲ ਕੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਮਨਵਿੰਦਰ ਸਿੰਘ ਗੈਸਪੁਰੇ ਵਿੱਚ ਮੌਜੂਦ ਨੇ। ਗੈਸਪੁਰੇ ਸਾਹਿਬ, ਕਿਵੇਂ ਦੇਖਦੇ ਹੋ ਬੜੀ ਦੇਰ ਬਾਅਦ ਰਾਘਵ ਚੱਡਾ ਐਕਟਿਵ ਨਜ਼ਰ ਆਏ ਨੇ, ਤਾਂ ਕਈ ਸਾਰੇ ਸਵਾਲ ਵੀ ਕੀਤੇ ਜਾ ਰਹੇ ਸੀ ਵਿਰੋਧੀਆਂ ਦੇ ਵੱਲੋਂ ਰਾਘਵ ਚੱਡਾ ਨੂੰ ਲੈ ਕੇ? ਵਿਰੋਧੀਆਂ ਦੇ ਮੂੰਹ ਬੰਦ ਕਰਤੇ, ਅਸੀਂ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਹਾਂ ਔਰ ਵਿਰੋਧੀਆਂ ਦੀ ਨੀਂਦ ਹਰਾਮ ਕੀਤੀ, ਭਈਆ ਧੱਪੀ ਕੱਢ ਦੇਵਾਂਗੇ। ਲੱਗਦਾ ਜਿਸ ਤਰ੍ਹਾਂ 22 ਦੇ ਵਿੱਚ ਲੋਕਾਂ ਦਾ ਪਿਆਰ ਮਿਲਿਆ, 24 ਦੇ ਵਿੱਚ ਬਰਕਰਾਰ ਉਸੇ ਤਰ੍ਹਾਂ ਰਹੇਗਾ? ਉਦੋਂ ਵੀ ਵੱਧ ਲੋਕਾਂ ਦਾ ਪਿਆਰ ਮਿਲਿਆ, ਮਿਲ ਰਿਹਾ। ਤੁਸੀਂ ਪਿੰਡਾਂ ਜਾ ਕੇ ਦੇਖੋ, ਲੋਕ ਚਾਹੁੰਦੇ ਆ, ਕਿਉਂਕਿ ਲੋਕਾਂ ਦੀ ਬਿਜਲੀ ਮਾਫ਼ ਹੋ ਗਈ, ਟਿਊਬਵੈੱਲਾਂ ਦੇ ਜਿਹੜੀ ਹੈਗੀ ਆ ਬੇਅਤਾਸ਼ਾ ਬਿਜਲੀ ਆਉਂਦੀ ਆ, ਲੋਕ ਬਹੁਤ ਖੁਸ਼ ਨੇ, ਨੌਕਰੀਆਂ ਮਿਲ ਰਹੀਆਂ ਨੇ, ਮੁਹੱਲਾ ਕਲੀਨਿਕ ਬਣ ਰਹੇ ਨੇ, ਜੋ ਕਿਹਾ ਸੀ ਉਹ ਕਰਕੇ ਦਿਖਾਇਆ। ਲੋਕ ਇਸ ਗੱਲ ਨੂੰ ਮੰਨਦੇ ਆ, ਕਹਿੰਦੇ ਜੇ ਹੁਣ ਵੀ ਕੋਈ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਜੇ ਕੋਈ ਵੋਟ ਨਾ ਪਾਵੇ ਉਹ ਕਿਰਤ ਕਹਾਣੀ ਹੋਊਗਾ, ਲੋਕ ਇਹ ਗੱਲ ਆਪਣੇ ਮੂੰਹੋਂ ਕਹਿੰਦੇ ਆ। ਬਹੁਤ ਕੰਮ ਕੀਤੇ ਨੇ ਮਾਨ ਸਾਹਿਬ ਨੇ, 117 ਦੀਆਂ 117 ਦੇ ਵਿੱਚੋਂ ਬੜਤ ਮਿਲੂਗੀ, 13 ਦੀਆਂ 13 ਸੀਟਾਂ ਪੰਜਾਬ ਦੀਆਂ ਆਮ ਆਦਮੀ ਪਾਰਟੀ ਜਿੱਤੂਗੀ। ਪਹਿਲਾਂ 3 ਕੋਣਾ ਮੁਕਾਬਲਾ ਹੁੰਦਾ ਸੀ, ਹੁਣ 4 ਕੋਣਾ ਮੁਕਾਬਲਾ, ਭਾਜਪਾ ਇੰਡੀਪੈਂਡੈਂਟ ਲੜਦੀ ਹੈ, ਇਸ ਨੂੰ ਕਿਵੇਂ ਦੇਖਦੇ ਹੋ? ਕੋਈ ਮੁਕਾਬਲਾ ਨਹੀਂ, ਬਾਕੀ ਪਾਰਟੀਆਂ ਨਾ 3 'ਚ ਨੇ, ਨਾ 13 'ਚ ਨੇ, ਨਾ ਪਲੇਅਰਾਂ 'ਚ ਨੇ, ਨਾ ਸਪੇਅਰਾਂ 'ਚ ਨੇ। ਬਿਲਕੁਲ ਕਿਹਾ ਜਾ ਰਿਹਾ ਕਿ ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਮੁਕਾਬਲਾ ਉਹ ਨਹੀਂ ਨਜ਼ਰ ਆ ਰਿਹਾ। ਵੱਡੀ ਲੀਡ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਹੈ ਜਿਹੜੀ ਕਿ ਉਹ ਜਿੱਤਾਂਗੇ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ, ਖੰਨਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।